ਭਾਵੇਂ ਸਾਡੇ ਕਾਨੂੰਨਾਂ 'ਚ ਸਾਰੇ ਕੁਛ ਆ ਗਿਆ ਵੀ ਬਰਾਬਰ ਦਾ ਦਰਜਾ ਹੈ ਬਰਾਬਰ ਦਾ, ਪਰ ਨਹੀਂ ਬਰਾਬਰ ਦਾ ਨਹੀਂ ਹੈ, ਅਸਲ 'ਚ ਬਰਾਬਰ ਨਹੀਂ ਹੈ। ਅਜੇ ਵੀ ਮਰਦ ਔਰਤ ਨੂੰ ਨੀਵੀਂ ਸਮਝਦਾ, ਭਾਵੇਂ ਉਹ ਉਸ ਤੋਂ ਉੱਚੀ ਪਦਵੀ 'ਤੇ ਹੋਵੇ, ਜਿੰਨੀ ਮਰਜ਼ੀ ਪੜ੍ਹੀ ਲਿਖੀ ਹੋਵੇ, ਆਦਮੀ ਬੇਸ਼ੱਕ ਦਸਵੀਂ ਪੜ੍ਹਿਆ ਹੋਵੇ ਤਾਂ ਵੀ ਇਹ ਕਹੂਗਾ ਵੀ ਮੈਂ ਮਰਦ ਹੈ। ਸ਼ਬਦ ਪੜ੍ਹਨੇ ਤਾਂ ਫਿਰ ਮੇਰੇ ਦਾਦਾ ਜੀ ਬੜੇ ਮੈਨੂੰ ਹੌਸਲਾ ਦਿੰਦੇ ਹੁੰਦੇ ਸੀ ਜੀ। ਇੱਕ ਵਾਰੀ ਉੱਠ ਕੇ ਜਦੋਂ ਉਹਨੇ ਪਹਿਲੀ ਵਾਰ ਸੁਣਿਆ ਮੈਨੂੰ ਨਾ, ਤਾਂ ਉੱਠ ਕੇ ਕਹਿੰਦੇ ਲੈ ਮਲਕੀਤ ਕੌਰ ਨੂੰ ਮੈਂ 5 ਰੁਪਏ ਦੇ ਇਨਾਮ। ਵਾਹ, ਉਦੋਂ 5 ਰੁਪਏ, ਅੱਜ ਕੱਲ੍ਹ ਦੇ ਤਾਂ ਮੇਰੇ ਖਿਆਲ 1000 ਰੁਪਏ ਤੋਂ ਵੀ ਵੱਧ ਹੋਣੇ ਆ ਨਾ ਜੀ। ਜਿਵੇਂ ਕੋਈ ਮੋਬਾਈਲ ਵੀ ਅੱਜ ਕੱਲ੍ਹ ਚੱਲ ਪਏ, ਇੱਕ ਖੁੰਝੇ ਬੈਠਾ ਦੂਜਾ ਖੁੰਝੇ ਬੈਠਾ, ਆਪਣੇ ਆਪਣੇ ਮਸਤ ਹੈ, ਕੋਈ ਰਿਸ਼ਤਿਆਂ 'ਚ ਹੈ ਹੀ ਨਹੀਂ ਵੀ ਮੇਰੀ ਮਾਂ ਕੋਲ ਬੈਠੀ ਹੈ, ਮੇਰੀ ਭੈਣ ਕੋਲ, ਮੇਰੀ ਭਰਜਾਈ ਕੋਲ ਬੈਠੀ ਹੈ, ਉਹਨਾਂ ਨਾਲ ਕੋਈ ਗੱਲਬਾਤ ਹੀ ਨਹੀਂ ਹੈ, ਉਹ ਰਿਸ਼ਤੇ ਫਿਰ ਕਿੱਥੇ ਰਹਿ ਗਏ ਉਹ ਜੀ, ਹੈ ਨਾ। ਉਹ ਫਿਰ ਉਹਨਾਂ ਨੇ ਤਾਰ ਲਈ, ਕਹਿੰਦੇ ਨਹੀਂ ਮੈਨੂੰ ਦਿਓ ਤਾਰੇ। ਫਿਰ ਉਹਨੂੰ ਵਿੱਚੋਂ ਪਤਾ ਲੱਗ ਗਿਆ ਵੀ ਇੱਕ ਪਹਿਲਾਂ ਵੀ ਤਾਰ ਆਈ ਸੀ, ਨਹੀਂ ਦਿੱਤੀ, ਉਹ ਬੜੇ ਗੁੱਸੇ ਹੋਏ ਇਸ ਗੱਲ 'ਤੇ ਕਿ ਤੁਸੀਂ ਕਿਉਂ ਨਹੀਂ ਦਿੱਤੀ ਮੈਨੂੰ। ਕਹਿੰਦੇ ਵਿਆਹ ਤਾਂ ਮੇਰੇ ਤੋਂ ਬਾਅਦ ਵੀ ਹੋ ਜਾਣਾ ਸੀਗਾ, ਅਤੇ ਮੇਰੀ ਉੱਥੇ ਜ਼ਿਆਦਾ ਲੋੜ ਸੀ, ਹਾਂ, ਅਤੇ ਮੈਨੂੰ ਟਾਈਮ ਸਿਰ ਉੱਥੇ ਤੁਸੀਂ ਜਾਣਾ ਚਾਹੀਦਾ ਸੀ ਮੈਨੂੰ। ਚਲੋ, ਉਹ ਵਿਆਹ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਫਿਰ ਉਹ ਚਲੇ ਗਏ। ਉਸ ਦਿਨ ਦੀਵਾਲੀ ਦਾ ਦਿਨ ਸੀ। ਕੀ ਤੁਹਾਡਾ ਵੀ ਬਾਹਰ ਜਾਣ ਦਾ ਸੁਪਨਾ ਹੈ? ਕੀ ਤੁਸੀਂ ਵੀ 8+ ਬੈਂਡ ਲੈਣਾ ਚਾਹੁੰਦੇ ਹੋ? ਤਾਂ ਫਿਰ ਹੁਣੇ ਜੁਆਇਨ ਕਰੋ ਰਸਨੀਕ ਆਈਲੈਟਸ ਕੋਚਿੰਗ ਸੈਂਟਰ ਨੂੰ, ਜਿੱਥੇ ਘੱਟ ਫੀਸ ਤੇ ਵੱਧ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਨੇ। IDP ਵੱਲੋਂ ਸਰਟੀਫਾਈਡ ਇਸ ਸੈਂਟਰ 'ਚ ਤੁਹਾਡੀ ਸੁਵਿਧਾ ਮੁਤਾਬਕ ਆਨਲਾਈਨ ਤੇ ਆਫਲਾਈਨ ਕਲਾਸਿਸ ਦਾ ਵੀ ਵਿਸ਼ੇਸ਼ ਪ੍ਰਬੰਧ ਹੈ। ਤਾਂ ਸੰਪਰਕ ਕਰੋ ਰਸਨੀਕ ਆਈਲੈਟਸ ਕੋਚਿੰਗ ਸੈਂਟਰ 7986024708। There are various coaching centers that provide classes for IELTS, but I assure you a difference. Listening module is like a cakewalk, and definitely you do not require coaching for it. It's just a matter of practice. But on the other hand, reading, speaking and writing require a lot of practice along with proper guidance. So I am here to guide you in the best way I can. I am providing both online and offline lectures for writing part, proper formatting, reading tips and tricks and speaking individual classes as well. ਲਵਜੀ ਜ਼ਿੰਦਗੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਅੱਜ ਇਸ ਸ਼ਖਸੀਅਤ ਦੇ ਨਾਲ ਅਸੀਂ ਰੂਬਰੂ ਹੋਣ ਜਾ ਰਹੇ ਹਾਂ। ਉਹਨਾਂ ਨੇ 4 ਕਿਤਾਬਾਂ ਸਾਹਿਤ ਦੀ ਝੋਲੀ ਪਾਈਆਂ ਨੇ। ਉਹਨਾਂ ਦੀ ਕਿਤਾਬ ਕਾਕਾ ਪਟਾਕਾ ਅਤੇ ਉਹਨਾਂ ਦੁਆਰਾ ਅਨੁਵਾਦ ਕੀਤੀ ਗਈ ਕਿਤਾਬ ਦਲਿਤ ਨੂੰ ਵਧੀਆ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀਆਂ ਕਿਤਾਬਾਂ ਹੋਰ ਵੀ ਨੇ, ਜਿਨ੍ਹਾਂ ਵਿੱਚ ਮਨੁੱਖੀ ਜਜ਼ਬਾਤਾਂ ਦੀ ਗੱਲ ਕੀਤੀ ਗਈ ਹੈ। ਯਾਨੀ ਕਿ ਇੱਕ ਪਾਸੇ ਉਹਨਾਂ ਦੀਆਂ ਰਚਨਾਵਾਂ ਸਮਾਜਿਕ ਵਖਰੇਵੇ ਦੀ ਗੱਲ ਕਰਦੀਆਂ ਨੇ, ਦੂਜੇ ਪਾਸੇ ਮਨੁੱਖੀ ਜਜ਼ਬਾਤਾਂ ਦੀ ਤਰਜਮਾਨੀ ਕਰਦੀਆਂ ਨੇ। ਮੈਂ ਗੱਲ ਕਰ ਰਹੀ ਹਾਂ ਸਾਹਿਤਕਾਰਾ ਮਲਕੀਅਤ ਬਸਰਾ ਦੀ। ਮੈਡਮ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ, ਸ਼ੁਕਰੀਆ ਜੀ। ਜੀ ਮੈਮ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਦੁਆਰਾ ਅਨੁਵਾਦ ਕੀਤੀ ਗਈ ਕਿਤਾਬ ਦਲਿਤ ਦੀ ਗੱਲ ਕਰਾਂਗੇ ਕਿ ਉਹ ਕਿਤਾਬ, ਜਿਵੇਂ ਕਿ ਨਾਮ ਤੋਂ ਸਪਸ਼ਟ ਹੁੰਦਾ ਹੈ ਕਿ ਕਿਤੇ ਨਾ ਕਿਤੇ ਸਮਾਜਿਕ ਵਖਰੇਵੇਂ ਨੂੰ ਪੇਸ਼ ਕਰਦੀ ਹੋਏਗੀ। ਤੁਸੀਂ ਕਿਤਾਬ ਨੂੰ ਅਨੁਵਾਦ ਕੀਤਾ ਹੈ ਅਤੇ ਉਸਨੂੰ ਪੁਰਸਕਾਰ ਦੇ ਨਾਲ ਨਵਾਜਿਆ ਵੀ ਗਿਆ ਹੈ, ਉਸ ਕਿਤਾਬ ਬਾਰੇ ਦੱਸੋ। ਹਾਂਜੀ, ਦਲਿਤ ਕਿਤਾਬ ਇਹ ਚੰਡੀਗੜ੍ਹ ਸਾਹਿਤ ਅਕੈਡਮੀ ਵੱਲੋਂ ਇਹਨੂੰ ਬੈਸਟ ਬੁੱਕ ਦਾ ਅਵਾਰਡ ਮਿਲਿਆ ਜੀ, ਬੈਸਟ ਅਨੁਵਾਦ ਦਾ ਜੀ। ਅਤੇ ਇਹ ਦਲਿਤ ਭਾਈਚਾਰੇ 'ਤੇ ਹੈਗੀ, ਡਿਪੈਂਡ ਕਰਦੀ ਆ ਜੀ, ਕਿ ਜਿਸ ਤਰ੍ਹਾਂ ਦਲਿਤ ਭਾਈਚਾਰੇ ਨੂੰ ਪਹਿਲਾਂ ਜੋ ਜਨਰਲ ਕੈਟਾਗਰੀ ਆ, ਕਿਸ ਤਰ੍ਹਾਂ ਉਹ ਇਸਤੇਮਾਲ ਕਰਦੇ ਸੀ, ਅੱਛਾ, ਕਿਸ ਤਰ੍ਹਾਂ ਉਹਨਾਂ ਦਾ ਨਜਾਇਜ਼ ਫਾਇਦਾ ਉਠਾਉਂਦੇ ਸੀਗੇ ਜੀ, ਕਿਸ ਤਰ੍ਹਾਂ ਉਹਨਾਂ ਨੂੰ ਬਲੈਕਮੇਲ ਕਰਦੇ ਸੀ ਉਹ, ਇਹ ਸਾਰੇ ਵਾਸਤੇ ਇਹ ਦਲਿਤ ਜਿਹੜੀ ਹੈਗੀ ਹੈ ਕਿਤਾਬ। ਅਤੇ ਉਹਨਾਂ ਨੇ ਫਿਰ ਜਿਉਂ ਜਿਉਂ ਦਲਿਤ ਹੌਲੀ ਹੌਲੀ ਪੜ੍ਹਨਾ ਸ਼ੁਰੂ ਕੀਤਾ, ਉਹਨਾਂ ਨੇ ਪਹਿਲਾਂ ਤਾਂ ਉਹਨਾਂ ਨੂੰ ਪਰਮਿਸ਼ਨ ਨਹੀਂ ਹੁੰਦੀ ਸੀ ਸਕੂਲ ਜਾਣ ਦੀ ਜੀ, ਹਾਂਜੀ, ਅਤੇ ਫਿਰ ਹੌਲੀ ਹੌਲੀ ਉਹਨਾਂ ਨੇ ਪੜ੍ਹਨਾ ਸ਼ੁਰੂ ਕੀਤਾ, ਹੌਲੀ ਹੌਲੀ ਗਰੋ ਅਪ ਹੁੰਦੇ ਗਏ ਉਹ, ਉਹਨਾਂ ਸਮਝ ਲੱਗਦੀ ਗਈ ਵੀ ਹੈ ਕੀ ਆ ਇਹ। ਫਿਰ ਉਹ ਪੋਲੀਟਿਕਸ 'ਚ ਆ ਗਏ, ਚੰਦਰ ਮੁੰਡਾ ਹੈਗਾ, ਪੋਲੀਟਿਕਸ ਵਿੱਚ ਆ ਗਿਆ ਉਹ, ਅਤੇ ਉਹਨੇ ਬਹੁਤ ਵਧੀਆ ਕੰਮ ਕੀਤਾ। ਪਹਿਲਾਂ ਉਹਨੇ ਸਾਰੇ ਸਮਾਜ ਨੂੰ ਨਾਲ ਲਿਆ, ਆਪਣੇ ਨੂੰ ਨਾਲ ਲੈ ਕੇ ਉਹਨੇ ਇਲੈਕਸ਼ਨ ਕੀਤੀ, ਜੋ ਜਨਰਲ ਕੈਟਾਗਰੀ ਦੇ ਸੀਗੇ ਉਹਨਾਂ ਦੇ, ਉਹਨਾਂ ਦੀਆਂ ਸਾਰੀਆਂ ਅੰਦਰਲੀਆਂ ਗੱਲਾਂ ਉਹਨੂੰ ਹੌਲੀ ਹੌਲੀ ਉਹਨੇ ਸਮਝ ਲਈਆਂ ਜੀ, ਸਮਝ ਕੇ ਉਹਨੇ ਕਿਹਾ ਵੀ ਇਹ ਤਾਂ ਮੈਂ ਕਰ ਸਕਦਾ, ਅਤੇ ਉਹਨੇ ਫਿਰ ਆਪਣਾ ਇੱਕ ਜਥਾ ਬਣਾਇਆ, ਅਤੇ ਉਹਦੇ ਨਾਲ ਵਿੱਚ ਇੱਕ ਬੰਦਾ ਐਸਾ ਰੱਖਿਆ ਜਿਹੜਾ ਦੋਨੇ ਪਾਸੇ ਰੋਲ ਕਰਦਾ ਸੀ,
अच्छा हाँ जी, उहदे तों फिर उहनां दीआं जो वीकनेस हुंदीआं वो कमजोरियां उहनां दीआं वो हौली हौली उहने अपने आप च जज़ब कीतीआं उहो ते उहनां तों ही फिर उहनां ने लै के सिख्या कह लो तुसीं कह लो ते सिख्या लै के फिर उहने अपने आप नूं डिवैलप कीता अपने भाईचारे नूं इकट्ठा कीता ते उहदे अगेंस्ट फिर उह इलैक्शन लड़िया इस तरीके नाल इलैक्शन लड़िया पे उहनां नूं जिहड़े जनरल कैटेगरी सी उहनां नूं पता ही नहीं लगा भी अंदरों अंदर की कर रहे हैं। अच्छा बिल्कुल उन्होंने पता नहीं लगन दिता उन्होंने तो हौली हौली वह मतलब ग्रो कर गया तो उन्हें वह इलैक्शन जीत ली तो वह सारे जोड़ा भाईचारा उन्होंने दूसरा सगा वह सारे डिफेंड किया। अच्छा मैं पूछना चाहांगी कि फिर ये जो कहानी तुसी सुनाई है जो दलित किताब जिस दे उत्ते आधारित है एक काल्पनिक कहानी है या तुहानू लगता है कि सच्चाई है बस नाम बदले ने? नहीं सच्चाई है, काफ़ी सच्चाई है दे विच। मैं उस जिस मुंडे ने लिखी है विजय सौदाई उहदा नाम है ते ओरिजिनल किताब हिंदी च सी, हिंदी तो मैं अनुवाद किया ते उहने फिर दस्सिया भी वह सारा भाईचारा विच थोड़ी काल्पनिक तो हुंदी है बिल्कुल है ना जिवें कहिंदे सुरखी बिंदी लाउणी पैंदी है ते बाकी असलियत है बहुत जी। हाँ जी ते अच्छा मैम तुहाडी दूसरी किताब की गल करांगे जिसनों भी पुरस्कार मिलिया है मैं किताब भी दर्शकों को दिखाना चाहांगी काका पटाका कि नाम भी जेड़ा है वो काके नाल ते काके भी बने हुए आ यानी कि असं कह सकते हैं कि यह बाल पुस्तक है। हाँ तो बहुत जड़िया किताबा है वह गंभीर मुद्दों पर लिखिया तो बाल संग्रह लिखन का ख्याल किवें आया? बाल संग्रह दा इस तरह कि जदों मेरे पोती पहली हुई ना अच्छा। ग्रैंड डॉटर जी तो मैनू बड़ी प्यारी लगी मैनू ऐ लगे भी यह मेरा ही रूप है जी तो मैं बस वो कोल बैठी रहना तो बस कभी वो देखना हाथ निके निके आ पैर निके निके आ किन्नी सोहनी लगती है। असल च जो अपने बच्चे होए ना उदों मैं जॉब करती सी तो इन्ना सानू टाइम नहीं मिले अपने बच्चों को बैठन का तो हूँ वेली सी मैं तो वो हर हरकत मैं नोट करनी वो बस वो सारिया हरकत नोट कर करके तो फिर वो तो विचों एक काका पटाका किताब निकली तो फिर काके पटाके एक कविता जरूर सुनांगे जो तुसी अपनी पोती नू देख के उहदे चुलबुलेपन नू देख के लिखी आ इहदा नाम ही रखिया निक्की परौणी। अच्छा ठीक है कि निक्के निक्के पैर ते निक्के निक्के हाथ लैके अंबरां तो साडे घर परी एक आई है। वाह निक्के निक्के पैर ते निक्के निक्के हाथ लैके अंबरां तो साडे घर परी एक आई है पतासे जहे हाथ ओहदे बुलियां गुलाब कली। क्या बात है पतासे जहे हाथ ओहदे बुलियां गुलाब कली बड़े चावां नाल दादी हत्थां उत्ते चाहिए। वाह फुल्लां तो भी सोहनी निरा गोड़ा जापे रोंदा फुल्लां तो भी सोहनी निरा गोड़ा जापे रोंदा रब ने भी किन्नी सोहनी मूर्त बनाई है। सुपने दे विच कदी हसे कदी रोवे सारे घर विच उहने नज़र दौड़ाई है। सारे झट चुक लैंदे रोवे जदों निक्की परी सारे झट चुक लैंदे रोवे जदों निक्की परी लगे जदों भुख पाउंदी बहुत दुहाई है। कोई कहिंदा गुगू कोई नाणो कोई सोन परी सही गल है कोई कहिंदा गुगू कोई नाणो कोई सोन परी दादी ने तां ए गुरनूर कह बुलाई है। वाह चाचिया ने लड्डू वंडे मामा पिया हसदा चाचिया ने लड्डू वंडे मामा पिया हसदा लोहड़ी मनाउण दी योजना बनाई है। वेड़ा खेड़ हसू जदों मारू किलकारियां बसरा दे घर परौणी निक्की आई है। क्या बात है बहुत सू वाकई ही लगता है तुहाडे दिलों निकली है तो बहुत प्यार ते अपनत दे नाल लिखी गई है। तो मैडम तुहाडियां दो किताबा होर ने खामोश सदरा ते रिश्तियां दी यात्रा। खामोश सदरा दी गल करते हैं किते ना किते नाम तो ही ये लगता है कि महसूस हुंदा है कि साडे समाज दे विच बहुत सारियां कवित्रियां नाल जदों असीं गल करदे आं तां ओह कहिंदियां ने कि साडियां सदरां बहुत हुंदियां ने पर ओह खामोश रह जांदियां ने असीं किसे दे नाल सांझी नहीं कर पाउंदे। कि तुहाडी किताब दे विच वी उही दर्द है? जरूर जी ये दर्द सारियां कवित्रियां च ही है जी। कोई तां ज़ाहर कर दिंदी है कोई नहीं करती पर जिन्नियां नाल असीं आपस विच ही गल्लां बातां करदे हां तकरीबन ये गल हैगी है भी बड़ियां खाशां हुंदियां औरत दियां कुड़ी तो जदों औरत बनती है वह पहले तो जदों कुड़ी हुंदी उदों ही बड़ियां हुंदियां फिर पेरेंट्स की हुंदा भी इत्थे आ नहीं करना उत्थे वह नहीं करना टोका टकाई पेरेंट्स की भी हुंदी है फिर भरा बड़े हुंदे भरावां दी हो जांदी प्यो दी इस तरह विआह हो जांदा तो फिर सहुरियां दी हो जांदी है। सो वह जो कुछ अंदरों कहना चाहुंदी है कई बार वह नहीं कह पाउंदी
ਅਤੇ ਉਹ ਸਦਰਾਂ ਉਹਦੀਆਂ ਅੰਦਰ ਦੀ ਅੰਦਰ ਰਹਿ ਜਾਂਦੀਆਂ, ਇਸ ਕਰਕੇ ਇਹਦਾ ਨਾਂ ਹੀ ਖਾਮੋਸ਼ ਸਦਰਾਂ। ਅੱਛਾ ਮੈਮ, ਤੁਹਾਨੂੰ ਕੀ ਲੱਗਦਾ ਹੈ ਕਿ ਇੱਦਾਂ ਕਿਉਂ ਹੁੰਦਾ ਹੈ ਕਿ ਦੇਖੋ ਔਰਤ ਦੀ ਜ਼ਰੂਰਤ ਵੀ ਹਰ ਘਰ 'ਚ ਹੁੰਦੀ ਹੈ, ਅਤੇ ਔਰਤ ਦੀ ਜਿਹਨੂੰ ਕਿਸੇ ਕਹਿ ਸਕਦੇ ਯੋਗਦਾਨ ਕਹਿ ਦਿਉ ਕਿ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਹੁੰਦਾ ਹੈ, ਚਾਹੇ ਘੱਟ ਚਾਹੇ ਵੱਧ, ਸਵੇਰ ਦੇ ਉੱਠਣ ਤੋਂ ਲੈ ਕੇ ਰਾਤ ਦੇ ਸੌਣ ਤੱਕ ਕਿਤੇ ਨਾ ਕਿਤੇ ਹਰ ਇੱਕ ਨਿੱਕੀ ਤੋਂ ਨਿੱਕੀ ਚੀਜ਼ ਦੇ ਲਈ ਔਰਤ ਜਿਹੜੀ ਆਪਣੇ ਘਰ ਨੂੰ ਵੀ ਸਵਾਰਦੀ ਰਹਿੰਦੀ ਹੈ, ਅਤੇ ਕੋਸ਼ਿਸ਼ ਕਰਦੀ ਹੈ ਕਿ ਰਿਸ਼ਤਿਆਂ ਦੇ ਵਿੱਚ ਵੀ ਆਪਣਾ ਪੂਰਾ ਮਿਲਾਪੜਾ ਯੋਗਦਾਨ ਦੇਵੇ। ਫਿਰ ਕਿਉਂ ਇੱਦਾਂ ਹੁੰਦਾ ਹੈ ਕਿ ਔਰਤ ਦੀਆਂ ਸਦਰਾਂ ਨੂੰ ਕੋਈ ਸੁਣਨਾ ਨਹੀਂ ਚਾਹੁੰਦਾ, ਤੁਹਾਨੂੰ ਕੀ ਲੱਗਦਾ ਕਾਰਨ ਕੀ ਹੈ? ਅਸਲ 'ਚ ਸ਼ੁਰੂ ਤੋਂ ਇਹ ਮਰਦ ਸਮਾਜ ਪ੍ਰਧਾਨ ਸਮਾਜ ਹੈ ਜੀ, ਜਿਹੜੀ ਇਹਨੇ ਸੋਚਣੀ ਆ। ਜੇ ਬੇਸ਼ੱਕ ਅਸੀਂ ਕਹਿੰਦੇ ਅਸੀਂ ਬੜਾ ਕੁਛ ਬਦਲ ਗਿਆ, ਪਰ ਨਹੀਂ, ਬਹੁਤ ਕੁਛ ਅਜੇ ਨਹੀਂ ਬਦਲਿਆ ਜੀ। ਅਜੇ ਵੀ ਔਰਤ ਨੂੰ ਮਤਲਬ ਉਹ ਦਰਜਾ ਨਹੀਂ ਮਿਲਿਆ ਜਿਹੜਾ ਕਿ ਮਿਲਣਾ ਚਾਹੀਦਾ। ਭਾਵੇਂ ਸਾਡੇ ਕਾਨੂੰਨਾਂ 'ਚ ਸਾਰੇ ਕੁਛ ਆ ਗਿਆ ਵੀ ਬਰਾਬਰ ਦਾ ਦਰਜਾ ਹੈ, ਬਰਾਬਰ ਦਾ, ਪਰ ਨਹੀਂ, ਬਰਾਬਰ ਦਾ ਨਹੀਂ ਹੈ, ਅਸਲ 'ਚ ਬਰਾਬਰ ਨਹੀਂ ਹੈ। ਅਜੇ ਵੀ ਮਰਦ ਔਰਤ ਨੂੰ ਨੀਵੀਂ ਸਮਝਦਾ, ਭਾਵੇਂ ਉਹ ਉਸ ਤੋਂ ਉੱਚੀ ਪਦਵੀ 'ਤੇ ਹੋਵੇ, ਜਿੰਨੀ ਮਰਜ਼ੀ ਪੜ੍ਹੀ ਲਿਖੀ ਹੋਵੇ। ਆਦਮੀ ਬੇਸ਼ੱਕ ਦਸਵੀਂ ਪੜ੍ਹਿਆ ਹੋਵੇ ਤਾਂ ਵੀ ਇਹ ਕਹੂਗਾ ਵੀ ਮੈਂ ਮਰਦ ਹਾਂ, ਅਤੇ ਫਿਰ ਮੈਂ ਪ੍ਰਧਾਨ ਹਾਂ, ਮੈਂ ਮਰਦ ਹਾਂ, ਚਾਹੇ ਕੁਛ ਕਰੇ ਚਾਹੇ ਨਾ ਕਰੇ। ਅਜੇ ਇਸ ਸੋਚ ਨੂੰ ਬਦਲਣ ਦੀ ਬਹੁਤ ਲੋੜ ਹੈ, ਬਹੁਤ ਟਾਈਮ ਲੱਗੂਗਾ ਜੀ। ਜੀ ਬਿਲਕੁਲ। ਅਤੇ ਖਾਮੋਸ਼ ਸਦਰਾਂ ਵਿੱਚੋਂ ਕੋਈ ਕਵਿਤਾ ਜਾਂ ਕੁਝ ਸਤਰਾਂ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀਆਂ ਕਰੋ। ਇੱਕ ਹੈ ਗੁੱਡੀ, ਜਿਹਦਾ ਨਾਂ ਹੀ ਗੁੱਡੀ ਹੈ। ਜਿਵੇਂ ਹੁੰਦਾ ਸੀ ਵੀ ਬਾਰਿਸ਼ ਨਹੀਂ ਆਉਂਦੀ ਅਤੇ ਪਿੰਡਾਂ 'ਚ ਗੁੱਡੀ ਸਾੜਦੇ ਹੁੰਦੇ ਸੀ ਨਾ ਬਾਰਿਸ਼ ਲਿਆਉਣ ਨੂੰ, ਹਾਂ, ਇਹ ਉਹਦੇ ਤੋਂ ਸ਼ੁਰੂ ਕੀਤੀ ਹੈ। ਸੜ ਕੇ ਮੀਂਹ ਵਰਾਵੇ ਗੁੱਡੀ, ਜਿੰਦ ਫਸਲਾਂ ਵਿੱਚ ਪਾਵੇ ਗੁੱਡੀ। ਭਾਵੇਂ ਇਹਨੂੰ ਕਹਿੰਦੇ ਕਿ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਹੁੰਦਾ ਹੈਗਾ, ਪਰ ਜਿਵੇਂ ਧਾਰਨਾ ਜੀ ਬਣੀ ਆ। ਬਿਲਕੁਲ, ਹਾਂਜੀ। ਸੜ ਕੇ ਮੀਂਹ ਵਰਾਵੇ ਗੁੱਡੀ, ਜਿੰਦ ਫਸਲਾਂ ਵਿੱਚ ਪਾਵੇ ਗੁੱਡੀ, ਗੁੱਡੀ ਫੂਕਣ ਖੇਤਾਂ ਵਿੱਚ ਵੀ ਸਹੁਰੀ ਵੀ ਜਲ ਜਾਵੇ ਗੁੱਡੀ। ਓਹੋ ਵਾਹ। ਗੁੱਡੀ ਫੂਕਣ ਖੇਤਾਂ ਵਿੱਚ ਵੀ ਸਹੁਰੀ ਵੀ ਜਲ ਜਾਵੇ ਗੁੱਡੀ, ਮਾਪਿਆਂ ਦੀ ਸੁੱਖ ਮੰਗਦੀ ਇਹ ਤਾਂ ਫਿਰ ਵੀ ਕਿਉਂ ਨਾ ਪਾਵੇ ਗੁੱਡੀ। ਕਿਆ ਬਾਤ ਹੈ। ਵੀਰ ਭਾਬੀਆਂ ਜੁਗ ਜੁਗ ਜੀਵਨ, ਰੱਬ ਤੋਂ ਖੈਰ ਮਨਾਵੇ ਗੁੱਡੀ, ਵੀਰ ਦੇ ਤਾਈ ਮਾਂ ਨਾਲੋਂ ਵੀ ਬਹੁਤਾ ਲਾੜ ਲੜਾਵੇ ਗੁੱਡੀ। ਬਿਲਕੁਲ। ਦੁੱਧ ਦਹੀਂ ਪੁੱਤਾਂ ਨੂੰ ਦਿੰਦੇ ਜੀ, ਰੁੱਖੀ ਮਿੱਸੀ ਖਾਵੇ ਗੁੱਡੀ, ਮੰਜੇ ਵਹਿ ਪੁੱਤ ਟੀਵੀ ਦੇਖੇ ਰੋਟੀ ਟੁੱਕ ਬਣਾਵੇ ਗੁੱਡੀ। ਵਾਹ ਵਾਹ। ਇਹ ਲਕਸ਼ਮੀ ਦਾ ਰੂਪ ਹੈ ਦੂਜਾ ਜੀ, ਕਿਉਂ ਮਨਹੂਸ ਕਹਾਵੇ ਗੁੱਡੀ, ਨਾਲ ਵਿਗਿਆਨ ਅੰਬਰਾਂ ਉੱਤੇ ਬਣ ਕਲਪਨਾ ਛਾਵੇ ਗੁੱਡੀ। ਵਿੱਚ ਸਿਆਸਤ ਪੈਰ ਜੇ ਧਰਦੀ ਜੀ, ਰਜ਼ੀਆ ਵੀ ਕਹਾਵੇ ਗੁੱਡੀ, ਬਿਲਕੁਲ। ਹਿੰਮਤ ਹਾਰੀ ਜਦ ਮਰਦਾਂ ਨੇ ਤਾਂ ਭਾਗੋ ਬਣ ਜਾਵੇ ਗੁੱਡੀ। ਕਿਆ ਬਾਤ ਹੈ, ਕਿਆ ਬਾਤ ਹੈ। ਮਾਨਵਤਾ ਦੀ ਇਹ ਪੁਜਾਰਨ ਮਦਰ ਟੈਰੇਸਾ ਭਾਵੇ ਗੁੱਡੀ, ਪ੍ਰਸ਼ਾਸਨ ਦੀ ਡੋਰ ਸੰਭਾਲੇ ਕਿਰਨ ਬੇਦੀ ਬਣ ਜਾਵੇ ਗੁੱਡੀ। ਪਿਓ ਜਦ ਮਾਂ ਉੱਤੇ ਹੱਥ ਚੁੱਕੇ ਮਾਂ ਉੱਤੇ ਵਿਛ ਜਾਵੇ ਗੁੱਡੀ। ਵਾਹ, ਬਹੁਤ ਖੂਬ। ਪਿਓ ਜਦ ਮਾਂ ਉੱਤੇ ਹੱਥ ਚੁੱਕੇ ਮਾਂ ਉੱਤੇ ਵਿਛ ਜਾਵੇ ਗੁੱਡੀ, ਪੁੱਤਾਂ ਨੂੰਹਾਂ ਘਰੋਂ ਤੱਕਿਆ ਬਾਪੂ ਤਾਂ ਹੀ ਵਰਾਵੇ ਗੁੱਡੀ। ਭੋਗਣ ਨਰਕ ਪੁੱਤਾਂ ਦੇ ਮਾਪੇ ਠੰਡ ਕਾਲਜੇ ਪਾਵੇ ਗੁੱਡੀ। ਵਾਹ। ਸਹੁਰਿਆਂ ਘਰ ਵੀ ਕਰੇ ਕਮਾਈ ਫਿਰ ਵੀ ਭਰਦੀ ਹਾਵੇ ਗੁੱਡੀ। ਵਾਹ ਵਾਹ। ਸਭ ਨੂੰ ਮਮਤਾ ਵੰਡਣ ਵਾਲੀ ਖੁਦ ਵਾਂਝੀ ਰਹਿ ਜਾਵੇ ਗੁੱਡੀ, ਆਪਣੇ ਪਿਆਰ ਦੀ ਮੱਲਮ ਸਾਡੇ ਜ਼ਖਮਾਂ ਉੱਤੇ ਲਾਵੇ ਗੁੱਡੀ, ਬੈਠ ਉਡੀਕਣ ਮਾਵਾਂ ਵਸਰਾ ਕਦੋਂ ਸਹੁਰਿਓਂ ਆਵੇ ਗੁੱਡੀ। ਵਾਹ, ਬਹੁਤ ਖੂਬ, ਬਹੁਤ ਖੂਬ। ਵਾਕਈ ਤੁਸੀਂ ਜਿਸ ਤਰੀਕੇ ਦੇ ਨਾਲ ਔਰਤ ਨੂੰ ਗੁੱਡੀ ਕਹਿ ਕੇ ਕਰੀਬ ਹਰ ਇੱਕ ਔਰਤ ਦੇ ਦਿਲ ਦੀ ਜਾਂ ਜ਼ਿੰਦਗੀ ਦੀ ਜੋ ਗੱਲ ਕੀਤੀ ਹੈ, ਉਸਦੇ ਸਫ਼ਰ ਦੀ ਗੱਲ ਕੀਤੀ ਹੈ ਅਤੇ ਉਸਦੇ ਜਜ਼ਬੇ ਦੀ ਗੱਲ ਕੀਤੀ ਹੈ, ਵਾਕਈ ਹੀ ਤੁਹਾਡੀ ਲੇਖਨੀ ਨੂੰ ਸਲਾਮ ਹੈ। ਮੈਡਮ, ਹੁਣ ਰਿਸ਼ਤਿਆਂ ਦੀ ਯਾਤਰਾ ਕਿਤਾਬ ਦੀ ਗੱਲ ਕਰਦੇ ਹਾਂ। ਰਿਸ਼ਤਿਆਂ ਦੀ ਯਾਤਰਾ ਪੂਰੀ ਦੀ ਪੂਰੀ ਤੁਸੀਂ ਇੱਕ ਕਿਤਾਬ ਲਿਖੀ ਜੀ, ਆਖਿਰ ਕੀ ਕਾਰਨ ਹੈ? ਸਭ ਤੋਂ ਪਹਿਲਾਂ ਇਹੀ ਪੁੱਛਾਂਗੇ ਕਿ ਰਿਸ਼ਤਿਆਂ ਦੇ ਵਿੱਚ ਜੋ ਵਿਸ਼ਵਾਸ ਘੱਟਦਾ ਜਾ ਰਿਹਾ ਹੈ ਜਾਂ ਰਿਸ਼ਤਿਆਂ ਦੇ ਵਿੱਚ ਜੋ ਅਪਣੱਤ ਘੱਟਦੀ ਜਾ ਰਹੀ ਹੈ, ਕਿਤੇ ਨਾ ਕਿਤੇ ਸ਼ੰਕਾ ਜਾਂ ਕਿਤੇ ਨਾ ਕਿਤੇ ਇਕੱਲਾਪਨ ਰਿਸ਼ਤਿਆਂ ਵਿੱਚ ਹੋ ਕੇ ਵੀ ਮਹਿਸੂਸ ਹੁੰਦਾ ਹੈ, ਇਸ ਦਾ ਕੀ ਕਾਰਨ ਹੈ? ਕਾਰਨ ਇੱਕ ਤਾਂ ਸੈਲਫਿਸ਼ਨੈਸ ਹੋ ਗਈ ਹੈ ਜੀ ਬਹੁਤ, ਹੁਣ ਕੁਛ ਜੁਆਇੰਟ ਫੈਮਿਲੀਆਂ ਨਹੀਂ ਰਹੀਆਂ,
ਅੱਜ ਕੱਲ੍ਹ ਬੱਚੇ ਸਭ ਪੜ੍ਹੇ ਲਿਖੇ ਉਹ ਕਹਿੰਦੀ ਆ ਕਿ ਮੈਂ ਤੇਰੇ ਤੋਂ ਉੱਪਰ ਹਾਂ, ਉਹ ਕਹਿੰਦਾ ਮੈਂ ਤੇਰੇ ਤੋਂ ਉੱਪਰ ਹਾਂ, ਅਤੇ ਜੁਆਇੰਟ ਕਿਤੇ ਰਹਿਣਾ ਨਹੀਂ ਚਾਹੁੰਦੇ, ਇਸ ਕਰਕੇ ਰਿਸ਼ਤੇ ਜਿਹੜੇ ਖਿਲਰ ਗਏ ਉਹ, ਅਤੇ ਰਿਸ਼ਤਿਆਂ ਦੀ ਆਪਸ ਵਿੱਚ ਹੀ ਉਹ ਸਾਂਝ ਰਹੀ ਨਹੀਂ ਜਿਹੜੀ ਪਹਿਲੇ ਸਾਂਝ ਹੁੰਦੀ ਸੀ, ਹੈ ਨਾ। ਪਰ ਇੱਕ ਔਰਤ ਹੈ ਜਿਹੜੀ ਕਿ ਅਜੇ ਵੀ ਇਹ ਸਾਰੇ ਰਿਸ਼ਤੇ ਨਿਭਾਉਂਦੀ ਆ, ਉਹ ਇੱਕ ਭੈਣ ਦਾ ਰਿਸ਼ਤਾ ਵੀ ਨਿਭਾਉਂਦੀ ਆ, ਪਤਨੀ ਦਾ ਰਿਸ਼ਤਾ ਵੀ ਨਿਭਾਉਂਦੀ ਆ, ਮਾਂ ਦਾ ਰਿਸ਼ਤਾ ਵੀ ਨਿਭਾਉਂਦੀ ਆ। ਔਰਤ ਸਾਰੇ ਰਿਸ਼ਤਿਆਂ ਨੂੰ ਇਕੱਠਾ ਕਰਕੇ ਰੱਖਦੀ ਆ ਜੀ, ਪਰ ਫਿਰ ਵੀ ਕਿਤੇ ਨਾ ਕਿਤੇ ਔਰਤ ਨੂੰ ਦੁਰਕਾਰਿਆ ਜਾਂਦਾ ਕਿ ਨਹੀਂ ਮੈਂ ਵੱਡਾ ਹਾਂ ਅਤੇ ਤੂੰ ਛੋਟੀ ਆ, ਹੈ ਨਾ, ਅਤੇ ਮੈਂ ਇਹ ਕਰਨਾ ਤਾਂ ਤੂੰ ਇਹ ਨਹੀਂ ਕਰਨਾ, ਅਤੇ ਬਸ ਉਹ ਰਿਸ਼ਤੇ ਜਿਹੜੇ ਫਿਰ ਕਈ ਵਾਰੀ ਐਸੇ ਅੱਜ ਕੱਲ੍ਹ ਜਿਵੇਂ ਕੋਈ ਮੋਬਾਈਲ ਵੀ ਅੱਜ ਕੱਲ੍ਹ ਚੱਲ ਪਏ, ਇੱਕ ਖੁੰਜੇ ਬੈਠਾ ਦੂਜਾ ਖੁੰਜੇ ਬੈਠਾ, ਆਪਣੇ ਆਪਣੇ ਮਸਤ ਹੈ, ਕੋਈ ਰਿਸ਼ਤਿਆਂ 'ਚ ਹੈ ਹੀ ਨਹੀਂ ਵੀ ਮੇਰੀ ਮਾਂ ਕੋਲ ਬੈਠੀ ਆ, ਮੇਰੀ ਭੈਣ ਕੋਲ, ਮੇਰੀ ਭਰਜਾਈ ਕੋਲ ਬੈਠੀ ਆ, ਉਹਨਾਂ ਨੂੰ ਕੋਈ ਗੱਲਬਾਤ ਹੀ ਨਹੀਂ ਹੈ, ਉਹ ਰਿਸ਼ਤੇ ਫਿਰ ਕਿੱਥੇ ਰਹਿ ਗਏ ਉਹ ਜੀ, ਹੈ ਨਾ। ਅਤੇ ਸੋ ਇਹਨਾਂ ਰਿਸ਼ਤਿਆਂ ਬਾਰੇ ਜਿਹੜੀ ਗੱਲ ਹੈਗੀ ਆ, ਮੈਂ ਇਸੇ ਤਰ੍ਹਾਂ ਕੀਤੀ ਆ ਕਿ ਯਾਤਰਾ ਜਿਹੜੀ ਰਿਸ਼ਤਿਆਂ ਦੀ ਚੱਲਦੀ ਰਹਿੰਦੀ ਆ, ਭਾਵੇਂ ਕੋਈ ਸਲੋਅ ਚੱਲੇ ਚਾਹੇ ਕੋਈ ਤੇਜ਼ ਚੱਲੇ, ਪਰ ਇਹ ਯਾਤਰਾ ਖਤਮ ਨਹੀਂ ਹੁੰਦੀ। ਅਤੇ ਇੱਕ ਗੱਲ ਪੁੱਛਣਾ ਚਾਹਾਂਗੇ, ਕਿਉਂਕਿ ਤੁਸੀਂ ਆਪਣੇ ਘਰ ਨੂੰ ਬਹੁਤ ਵਧੀਆ ਤਰੀਕੇ ਨਾਲ ਸਾਂਭ ਕੇ ਰੱਖਿਆ ਹੋਇਆ ਹੈ, ਅਤੇ ਜੇਕਰ ਅਸੀਂ ਰਿਸ਼ਤਿਆਂ ਦੇ ਵਿੱਚ ਜਾਨ ਪਾਉਣੀ ਹੋਵੇ, ਅਸੀਂ ਚਾਹੁੰਦੇ ਹਾਂ ਕਿ ਰਿਸ਼ਤੇ ਸਾਡੇ ਲੰਬੇ ਸਮੇਂ ਤੱਕ ਚੱਲਣ, ਅਤੇ ਦੋਨੋਂ ਇੱਕ ਦੂਸਰੇ ਦੀ ਕਦਰ ਕਰਨ ਕਿਸੇ ਵੀ ਰਿਸ਼ਤੇ ਦੇ ਵਿੱਚ, ਚਾਹੇ ਉਹ ਮਾਂ ਬਾਪ ਨਾਲ ਹੋਵੇ, ਚਾਹੇ ਭੈਣ ਭਰਾ ਦਾ ਹੋਵੇ, ਚਾਹੇ ਪਤੀ ਪਤਨੀ ਦਾ ਜਾਂ ਦੋ ਦੋਸਤਾਂ ਦਾ ਹੀ ਹੋਵੇ, ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਦੋਹਾਂ ਦਾ ਰਿਸ਼ਤਾ ਬਹੁਤ ਵਧੀਆ ਤਰੀਕੇ ਨਾਲ ਨਿਭੇ, ਤਾਂ ਦੋਹਾਂ ਨੂੰ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ? ਧਿਆਨ ਰੱਖਣਾ ਕਿ ਵਿਸ਼ਵਾਸ ਸਭ ਤੋਂ ਜ਼ਿਆਦਾ ਜ਼ਰੂਰੀ ਆ ਜੀ, ਸਭ ਤੋਂ ਵੱਡੀ ਗੱਲ ਵਿਸ਼ਵਾਸ ਹੈ ਜੀ। ਤੁਸੀਂ ਵਿਸ਼ਵਾਸ ਰੱਖੋ, ਤੁਸੀਂ ਉਹਦੇ ਮੂੰਹ 'ਤੇ ਉਹਦੀ ਸਿਫਤ ਨਾ ਕਰੋ ਜੀ, ਸਿਫਤ ਕਰਨੀ ਤਾਂ ਉਹਦੀ ਪਿੱਠ ਪਿੱਛੇ ਕਰੋ। ਕਿਆ ਬਾਤ ਹੈ! ਜੇ ਦੋਸਤਾਂ ਮਿੱਤਰਾਂ 'ਚ ਬੈਠੇ ਹਾਂ ਤਾਂ ਉਹਦੀ ਸਿਫਤ ਕਰੋ ਤੁਸੀਂ ਜੀ, ਅਤੇ ਉਹਦੇ ਸਾਹਮਣੇ ਨਹੀਂ ਉਹਦੀ ਸਿਫਤ ਕਰਨੀ, ਅਤੇ ਵਿਸ਼ਵਾਸ ਪੂਰਾ ਰੱਖੋ ਜੀ, ਬਸ। ਬਾਕੀ ਕੋਈ ਲਾਲਚ ਨਹੀਂ ਹੋਣਾ ਚਾਹੀਦਾ, ਵਿੱਚ ਕਿਸੇ ਚੀਜ਼ ਦਾ ਵੀ ਲਾਲਚ ਨਹੀਂ ਹੋਣਾ ਚਾਹੀਦਾ ਜੀ, ਬਸ ਇਹ ਰਿਸ਼ਤਿਆਂ ਨੂੰ ਨਿਭਾਉਣ ਦੀ ਤਰੀਕਾ ਜੀ। ਅੱਛਾ ਮੈਮ, ਹੁਣ ਇਹ ਦੱਸੋ ਕਿ ਬਹੁਤ ਸਾਰੀਆਂ ਕਵਿਤਰੀਆਂ ਸਾਨੂੰ ਕਹਿੰਦੀਆਂ ਨੇ ਕਿ ਜਦੋਂ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ ਸੀ ਨਾ, ਤਾਂ ਉਹਨਾਂ ਨੂੰ ਕੋਈ ਬਹੁਤਾ ਵਧੀਆ ਹੁੰਗਾਰਾ ਨਹੀਂ ਮਿਲਦਾ ਸੀ ਆਪਣੇ ਪਰਿਵਾਰ ਵੱਲੋਂ ਜਾਂ ਆਪਣੇ ਸਮਾਜ ਦੇ ਵੱਲੋਂ। ਤੁਸੀਂ ਜਦੋਂ ਲਿਖਣਾ ਸ਼ੁਰੂ ਕੀਤਾ, ਜਦੋਂ ਪਹਿਲੀ ਵਾਰੀ ਲਿਖਿਆ ਹੋਏਗਾ, ਕਿਸੇ ਨੂੰ ਸੁਣਾਇਆ ਹੋਏਗਾ, ਅਤੇ ਜਾਂ ਦੱਸਿਆ ਹੋਏਗਾ ਕਿ ਮੈਂ ਤਾਂ ਲਿਖਦੀ ਹਾਂ, ਤੁਹਾਨੂੰ ਕਿਸ ਤਰ੍ਹਾਂ ਦਾ ਰਿਸਪੋਂਸ ਮਿਲਿਆ ਸੀ? ਮੈਂ ਅਸਲ 'ਚ ਨਾ ਬਚਪਨ ਤੋਂ ਸ਼ੁਰੂ ਕੀਤਾ ਜੀ, ਅਤੇ ਮੇਰੇ ਫਾਦਰ ਤਾਂ ਨਹੀਂ ਸੀਗੇ, ਮਦਰ ਸੀ ਮੇਰੇ, ਅਤੇ ਭੈਣ ਭਰਾ ਛੋਟੇ ਸੀ, ਦੋ ਬ੍ਰਦਰ ਇੱਕ ਸਿਸਟਰ ਮੇਰੀ ਛੋਟੀ ਸੀ ਜੀ। ਅਤੇ ਉਦੋਂ ਮੈਂ ਮਤਲਬ ਫਾਦਰ ਮੇਰੇ ਚਾਈਨਾ ਦੀ ਲੜਾਈ 'ਚ ਸ਼ਹੀਦ ਹੋ ਗਏ ਸੀਗੇ। ਅੱਛਾ! ਹਾਂਜੀ, ਮੈਂ ਉਦੋਂ 12 ਕੁ ਸਾਲ ਦੀ ਸੀ ਜੀ, ਅਤੇ ਉਹ ਚੀਜ਼ ਮੇਰੇ ਮਤਲਬ ਦਿਮਾਗ 'ਚ ਅੰਦਰ ਘਰ ਕਰ ਗਈ। ਮੈਨੂੰ ਐਂ ਸੀ ਵੀ ਭਰਾ ਮੇਰੇ ਛੋਟੇ ਆ ਜੀ, ਇਹੀ ਵੱਡੇ ਹੁੰਦੇ ਅਤੇ ਵੀ ਮੇਰੇ ਫਾਦਰ ਦੀ ਜਗ੍ਹਾ ਮੇਰੇ ਸਿਰ 'ਤੇ ਹੱਥ ਰੱਖਦੇ, ਅਤੇ ਉਹ ਵੀ ਛੋਟੇ ਆ। ਅਤੇ ਮੈਂ ਪਹਿਲੀ ਕਹਾਣੀ ਲਿਖੀ ਸੀਗੀ, ਅਤੇ ਆਪਣੇ ਵੱਡਾ ਵੀਰ, ਉਹਦਾ ਨਾਂ ਹੀ ਵੱਡਾ ਵੀਰ ਰੱਖਿਆ ਸੀ। ਅੱਛਾ! ਉਹਦੇ ਵਿੱਚ ਇਹੀ ਦੱਸਿਆ ਸੀ ਵੀ ਮੈਨੂੰ ਵੱਡਾ ਵੀਰ ਚਾਹੀਦਾ ਸੀ, ਜੇ ਵੱਡਾ ਹੁੰਦਾ ਤਾਂ ਚਲੋ ਮੇਰੀ ਫਾਦਰ ਦੀ ਜਗ੍ਹਾ ਲੈਂਦਾ, ਉਹ ਥਾਂ ਲੈਂਦਾ। ਇਹ ਕਹਾਣੀ ਮੈਂ ਆਪਣੀ ਮਦਰ ਨੂੰ ਸੁਣਾਈ, ਅਤੇ ਉਹ ਬੜਾ ਰੋਏ, ਬੜਾ ਰੋਏ, ਕਹਿੰਦੇ ਆਪਣੇ ਵਾਸਤੇ ਗੱਲ ਤਾਂ ਹੈ ਨਹੀਂ ਇਹ, ਹੈ ਨਾ, ਜੋ ਸੀਗਾ ਚਲੋ ਠੀਕ ਹੈ। ਅਤੇ ਮੈਨੂੰ ਮਤਲਬ ਉਹਨਾਂ ਨੇ ਰੋਕਿਆ ਨਹੀਂ, ਉਹਨੇ ਬੜਾ ਮੈਨੂੰ ਹੌਸਲਾ ਦਿੱਤਾ। ਅਤੇ ਮੇਰੇ ਦਾਦਾ ਜੀ ਸੀਗੇ, ਦਾਦਾ ਜੀ ਮੇਰੇ ਮਤਲਬ ਫਾਦਰ ਤੋਂ 2.5 ਮਹੀਨੇ ਬਾਅਦ ਉਹ ਵੀ ਪੂਰੇ ਹੋ ਗਏ ਸੀ। ਅੱਛਾ! ਮੇਰੇ ਫਾਦਰ ਇਕੱਲੇ ਇਕੱਲੇ ਫਾਦਰ ਸੀਗੇ ਮੇਰੇ, ਅਤੇ ਦਾਦਾ ਜੀ ਵੀ ਇਕੱਲੇ, ਹੋਰ ਕੋਈ ਚਾਚਾ ਤਾਇਆ ਕੋਈ ਨਹੀਂ ਸੀਗਾ। ਅਤੇ ਮੈਂ ਜਦੋਂ ਗੁਰਦੁਆਰੇ ਸਾਡਾ ਨਵਾਂ ਨਵਾਂ ਗੁਰਦੁਆਰਾ ਬਣਿਆ, ਉੱਥੇ ਮੈਂ ਆਪਣੀਆਂ ਧਾਰਮਿਕ ਗੀਤ ਲਿਖਣੇ, ਕੋਈ ਲਾਈਨ ਕਿਤੇ ਉਹ ਲਾਈ, ਕੋਈ ਕਿਤੇ ਉਹ ਲਾਈ, ਕੋਈ ਇਸ ਤਰ੍ਹਾਂ ਲੈ ਕੇ ਜੋੜ ਜਾੜ ਕੇ ਪਹਿਲਾਂ ਮੈਂ ਬਣਾ ਲੈਣੀ, ਫਿਰ ਹੌਲੀ ਹੌਲੀ ਆਪ ਆਪਣੇ ਅੰਦਰੋਂ ਹੀ ਲਿਖਣਾ ਸ਼ੁਰੂ ਕਰਤਾ। ਫਿਰ ਉਹ ਸ਼ਬਦ ਅਸੀਂ ਗੁਰਦੁਆਰੇ ਪੜ੍ਹਨੇ, ਰਾਤ ਨੂੰ ਹੁੰਦਾ ਸੀ, ਸੰਡੇ ਨੂੰ ਤਕਰੀਬਨ ਸ਼ਬਦ ਪੜ੍ਹਨੇ, ਤਾਂ ਫਿਰ ਮੇਰੇ ਦਾਦਾ ਜੀ ਬੜੇ ਮੈਨੂੰ ਹੌਸਲਾ ਦਿੰਦੇ ਹੁੰਦੇ ਸੀ ਜੀ। ਇੱਕ ਵਾਰੀ ਉੱਠ ਕੇ ਜਦੋਂ ਉਹਨੇ ਪਹਿਲੀ ਵਾਰ ਸੁਣਿਆ ਮੈਨੂੰ ਨਾ, ਤਾਂ ਉੱਠ ਕੇ ਕਹਿੰਦੇ ਲੈ ਮਲਕੀਤ ਕੌਰ ਨੂੰ ਮੈਂ 5 ਰੁਪਏ ਦੇ ਇਨਾਮ। ਵਾਹ! ਉਦੋਂ 5 ਰੁਪਏ, ਅੱਜ ਕੱਲ੍ਹ ਦੇ ਤਾਂ ਮੇਰੇ ਖਿਆਲ 1000 ਰੁਪਏ ਤੋਂ ਵੀ ਵੱਧ ਹੋਣੇ ਆ ਨਾ ਜੀ, ਅਤੇ 50-60 ਸਾਲ ਪਹਿਲਾਂ ਦੀ ਗੱਲ ਆ, 60-70 ਸਾਲ, 60-65 ਸਾਲ ਕਹਿ ਲੈਂਦੇ। ਅਤੇ ਉਦੋਂ ਮੈਨੂੰ ਪਹਿਲਾਂ ਇਨਾਮ ਉਹਨੇ 5 ਰੁਪਏ ਦਿੱਤਾ ਸੀ ਜੀ, ਉਹ ਤੋਂ ਮੇਰਾ ਹੌਲੀ ਹੌਲੀ ਹੌਸਲਾ ਵੱਧ ਗਿਆ। ਫਿਰ ਮੈਰਿਜ ਤੋਂ ਬਾਅਦ ਮੈਂ ਕਹਾਣੀ ਜਿਹੜੀ ਹੈ ਛਪੀ, ਮੇਰੀ ਜਿਹੜੀ ਵੱਡਾ ਵੀਰ ਹੈ ਮੈਰਿਜ ਤੋਂ ਬਾਅਦ ਛਪੀ ਆ। ਅੱਛਾ! ਇਹਨਾਂ ਨੇ ਵੈਸੇ ਮੇਰੇ ਹਸਬੈਂਡ ਨੇ ਰੋਕਿਆ, ਰੁਕਾ ਨਹੀਂ ਕਦੀ ਵੀ, ਕਿਤੇ ਵੀ ਜਾਂਦੇ ਹਾਂ ਤਾਂ ਮੈਨੂੰ ਛੱਡ ਆਉਂਦੇ ਆ, ਅਤੇ ਵਾਪਸੀ 'ਤੇ ਚਲੋ ਮੈਂ ਆ ਜਾਂਦੀ ਹਾਂ। ਪਰ ਜੇ ਕਹੋ ਨਾ ਵੀ ਅੰਦਰੋਂ ਜ਼ਿਆਦਾ ਖੁਸ਼ੀ ਨਾਲ ਭੇਜਦੇ ਆ,
ਉਹ ਅੰਦਰੋਂ ਜ਼ਿਆਦਾ ਨਹੀਂ ਹੈ ਅਤੇ ਪਰ ਚਲੋ ਠੀਕ ਮੈਂ ਸੋਚਦੀ ਨਹੀਂ ਵੀ ਬਹੁਤਿਆਂ ਨਾਲ ਚੰਗੇ ਆ ਜੀ ਹਾਂ ਬਸ ਇੱਕ ਆ ਕੇ ਗੁਜ਼ਾਰਾ ਹੁੰਦਾ ਬਹੁਤ ਵਧੀਆ ਚੱਲਦੀ ਸਾਡੀ ਨਿਭਦੀ ਬੜੀ ਵਧੀਆ ਜੀ ਅਤੇ ਹਮੇਸ਼ਾ ਹੀ ਵਧੀਆ ਨਿਭਦੀ ਰਹੇ ਹਾਂਜੀ ਅੱਛਾ ਮੈਮ ਤੁਸੀਂ ਦੱਸਿਆ ਕਿ ਤੁਹਾਡੇ ਪਿਤਾ ਜੀ ਸ਼ਹੀਦ ਹੋ ਗਏ ਸਨ ਅਤੇ ਹੁਣ ਵੀ ਯੁੱਧ ਦਾ ਸਮਾਂ ਚੱਲ ਰਿਹਾ ਯੂਕਰੇਨ ਅਤੇ ਰਸ਼ੀਆ ਦੇ ਵਿੱਚ ਮਤਲਬ ਕਿ ਜਿਹੜਾ ਯੁੱਧ ਹੈ ਉਹ ਕਿੰਨਾ ਖਤਰਨਾਕ ਹੁੰਦਾ ਹੈ ਅਸੀਂ ਤੁਹਾਡੇ ਤੋਂ ਵੱਧ ਇਸ ਸਮੇਂ 'ਤੇ ਮੈਂ ਬੈਠੀ ਹਾਂ ਤੁਹਾਡੇ ਨਾਲ ਕਿ ਮੈਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਤੋਂ ਮੈਂ ਸਮਝ ਸਕਦੀ ਹੋਊਂਗੀ ਕਿਉਂਕਿ ਤੁਹਾਡੇ ਪਿਤਾ ਜੀ ਨੂੰ ਖੋਹ ਲਿਆ ਇੱਕ ਯੁੱਧ ਨੇ ਇਹ ਜ਼ਰੂਰ ਪੁੱਛਣਾ ਚਾਹਾਂਗੀ ਕਿ ਤੁਹਾਡੇ ਪਿਤਾ ਜੀ ਦੇ ਨਾਲ ਕੁਛ ਯਾਦਾਂ ਹੋਣਗੀਆਂ ਉਹ ਜ਼ਰੂਰ ਯਾਦਾਂ ਦੱਸੋ ਅਤੇ ਜਦੋਂ ਉਹ ਗਏ ਸੀ ਆਪਣੀ ਯੁੱਧ ਦੇ ਵਿੱਚ ਲੜਾਈ ਲੜਨ ਦੇ ਲਈ ਅਤੇ ਉਸ ਸਮੇਂ ਤੁਹਾਨੂੰ ਕੁਛ ਯਾਦ ਹੈ ਕਿ ਉਹਨਾਂ ਨੇ ਕੀ ਤੁਹਾਡੇ ਨਾਲ ਜਾਂ ਤੁਹਾਡੇ ਮਾਤਾ ਜੀ ਨਾਲ ਗੱਲ ਕੀਤੀ ਹੋਏਗੀ ਇਸ ਤਰ੍ਹਾਂ ਸੀ ਕਿ ਮੇਰੀ ਵੱਡੀ ਸਿਸਟਰ ਮੇਰੇ ਤੋਂ ਸਾਢੇ ਤਿੰਨ ਸਾਲ ਵੱਡੀ ਆ ਅਤੇ ਉਹਨਾਂ ਦੀ ਮੈਰਿਜ ਕੀਤੀ ਸੀ ਕੁਦਰਤੀ ਵੈਸੇ ਜਿਵੇਂ ਉਹਨਾਂ ਦੇ ਹੱਥੋਂ ਹੋਣਾ ਸੀ ਉਹ 17 ਸਾਲ ਦੀ ਮੈਰਿਜ ਕਰਤੀ ਅੱਛਾ ਅਤੇ ਮੈਰਿਜ ਦੇ ਵਿੱਚ ਅਜੇ ਰਹਿੰਦੇ ਸੀ ਤਾਂ ਫਿਰ ਟੈਲੀਗ੍ਰਾਮ ਆ ਗਈ ਆਰਮੀ ਵੱਲੋਂ ਵੀ ਲੜਾਈ ਸ਼ੁਰੂ ਹੋ ਗਈ ਹੈ ਚੀਨ ਦੀ ਅਤੇ ਤੁਸੀਂ ਇਹ ਵਾਪਸ ਆ ਜਾਓ ਅੱਛਾ ਸਾਡੇ ਗਲੀ ਮੁਹੱਲੇ ਵਾਲੇ ਸੀਗੇ ਉਹਨਾਂ ਨੂੰ ਸੀਗਾ ਵੀ ਚੱਲ ਹੁਣ ਪਹਿਲੀ ਬੇਟੀ ਦੀ ਸ਼ਾਦੀ ਕਰਨ ਲੱਗੇ ਆ ਇਹ ਅਤੇ ਚਲੋ ਅਸੀਂ ਇਹਨਾਂ ਨੂੰ ਦੱਸਦੇ ਨਹੀਂ ਵੀ ਥੋੜ੍ਹੇ ਦਿਨ ਰਹਿੰਦੇ ਹਫ਼ਤਾ ਕੁ ਰਹਿੰਦਾ ਇਹਨਾਂ ਨੂੰ ਸ਼ਾਦੀ ਕਰ ਲੈਣ ਦਿਉ ਫਿਰ ਅਸੀਂ ਦੱਸਾਂਗੇ ਦੱਸਿਆ ਨਹੀਂ ਪਿਤਾ ਜੀ ਨੂੰ ਫਿਰ ਉਹ ਤੋਂ ਬਾਅਦ ਮੈਰਿਜ ਹੋ ਗਈ ਅਤੇ ਸਿਸਟਰ ਦੀ ਅਤੇ ਫਿਰ ਦੁਬਾਰਾ ਤਾਰ ਆ ਗਈ ਉਹ ਫਿਰ ਪਿਤਾ ਜੀ ਨੂੰ ਪਤਾ ਲੱਗ ਗਈ ਉਹ ਫਿਰ ਉਹਨਾਂ ਨੇ ਤਾਰ ਲਈ ਕਹਿੰਦੇ ਨਹੀਂ ਮੈਨੂੰ ਦਿਓ ਤਾਰੇ ਫਿਰ ਉਹਨੂੰ ਵਿੱਚੋਂ ਪਤਾ ਲੱਗ ਗਿਆ ਵੀ ਇੱਕ ਪਹਿਲਾਂ ਵੀ ਤਾਰ ਆਈ ਸੀ ਨਹੀਂ ਦਿੱਤੀ ਉਹ ਬੜੇ ਗੁੱਸੇ ਹੋਏ ਇਸ ਗੱਲ 'ਤੇ ਅਤੇ ਤੁਸੀਂ ਕਿਉਂ ਨਹੀਂ ਦਿੱਤੀ ਮੈਨੂੰ ਕਹਿੰਦੇ ਵਿਆਹ ਤਾਂ ਮੇਰੇ ਤੋਂ ਬਾਅਦ ਵੀ ਹੋ ਜਾਣਾ ਸੀਗਾ ਅਤੇ ਮੇਰੀ ਉੱਥੇ ਜ਼ਿਆਦਾ ਲੋੜ ਸੀ ਹਾਂ ਅਤੇ ਮੈਨੂੰ ਟਾਈਮ ਸਿਰ ਉੱਥੇ ਤੁਸੀਂ ਜਾਣਾ ਚਾਹੀਦਾ ਸੀ ਮੈਨੂੰ ਚਲੋ ਉਹ ਵਿਆਹ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਫਿਰ ਉਹ ਚਲੇ ਗਏ ਉਸ ਦਿਨ ਦਿਵਾਲੀ ਦਾ ਦਿਨ ਸੀ ਜਿਸ ਦਿਨ ਘਰੋਂ ਗਏ ਦਿਵਾਲੀ ਵਾਲਾ ਦਿਨ ਸੀ ਅਤੇ ਸਿਸਟਰ ਮੇਰੀ ਨੂੰ ਅਜੇ ਮੇਰੇ ਖਿਆਲ 12 ਦਿਨ ਪਤਾ ਨਹੀਂ ਕਿੰਨੇ ਦਿਨ ਕੁਛ ਦਿਨ ਮਹੀਨਾ ਵੀ ਨਹੀਂ ਸੀ ਹੋਇਆ ਜੇ ਮੈਰਿਜ ਹੋਈ ਨੂੰ ਅਤੇ ਉੱਥੇ ਫਿਰ ਜਾਂਦੇ ਹੋਏ ਹੁਸ਼ਿਆਰਪੁਰ ਸਿਸਟਰ ਨੂੰ ਮਿਲ ਕੇ ਗਏ ਆ ਅਤੇ ਮਤਲਬ ਆਖਰੀ ਕਹਿੰਦੇ ਮੈਂ ਤੈਨੂੰ ਪਿਆਰ ਦੇ ਚੱਲਿਆ ਅਤੇ ਚਲੇ ਗਏ ਬਸ ਫਿਰ ਉਹ 11 ਕੁ ਦਿਨ ਬਾਅਦ ਫਿਰ ਸਾਡਾ ਪਿਤਾ ਜੀ ਦਾ ਅਰਦਲੀ ਸੀ ਜਿਹੜਾ ਨਾ ਉਹਨੇ ਕਾਰਡ ਪਾਇਆ ਪਹਿਲੇ ਹਾਂ ਮਦਰ ਨੂੰ ਪਾਇਆ ਵੀ ਤੁਸੀਂ ਬੀਬੀ ਜੀ ਕਿਸੇ ਦੀਆਂ ਗੱਲਾਂ ਨਹੀਂ ਸੁਣਨੀਆਂ ਵੀ ਸਾਹਿਬ ਇਸ ਤਰ੍ਹਾਂ ਪੂਰੇ ਹੋ ਗਏ ਉੱਥੇ ਸ਼ਹੀਦ ਹੋ ਗਏ ਅਤੇ ਚਲੋ ਸਾਰੇ ਪਿੰਡ ਰੌਲਾ ਪੈ ਗਿਆ ਤੁਹਾਨੂੰ ਪਤਾ ਪਿੰਡਾਂ 'ਚ ਤਾਂ ਬਹੁਤ ਛੇਤੀ ਸਾਰੇ ਪਿੰਡ ਰੌਲਾ ਪੈ ਗਿਆ ਜੀ ਦੇਖੋ ਜੀ ਦੇਖੋ ਜੀ ਇਹ ਹੋ ਗਿਆ ਸੂਬੇਦਾਰ ਸੀਗੇ ਪਿਤਾ ਜੀ ਅਤੇ ਸੂਬੇਦਾਰ ਪ੍ਰੀਤਮ ਸਿੰਘ ਅਤੇ ਉਹ ਉੱਥੇ ਸ਼ਹੀਦ ਹੋ ਗਏ ਕੋਈ ਕਹੇ ਨਹੀਂ ਇਹ ਝੂਠ ਹੈ ਇਹ ਕਾਰਡ ਤਾਂ ਝੂਠ ਹੈ ਕੋਈ ਕੁਛ ਚਲੋ ਪਰ ਮਦਰ ਨੂੰ ਜੇ ਸੀਗਾ ਉਹ ਰੇਡੀਓ ਸੁਣ ਰਹੇ ਸੀਗੇ ਅਜੇ ਕਾਰਡ ਨਹੀਂ ਆਇਆ ਸੀ ਅਤੇ ਰੇਡੀਓ 'ਤੇ ਖਬਰ ਆਈ ਵੀ ਕਿਸ ਤਰ੍ਹਾਂ ਔਫਿਸਰ ਸੀਗੇ ਸਿੱਖ ਰੈਜੀਮੈਂਟ 'ਤੇ ਅਤੇ ਉਹ ਸ਼ਹੀਦ ਹੋ ਗਿਆ ਉੱਥੇ ਮਦਰ ਤਾਂ ਉਦੋਂ ਹੀ ਮਤਲਬ ਬਹਿ ਗਿਆ ਕਿ ਇਹ ਕਹਿੰਦੇ ਮੇਰਾ ਰਿਸ਼ਤੇਦਾਰ ਆ ਹਾਲਾਂਕਿ ਉਹਨਾਂ ਨੂੰ ਪਤਾ ਨਹੀਂ ਸੀਗਾ ਵੀ ਕੌਣ ਆ ਨਾ ਉਹਨੇ ਕਿਸੇ ਦਾ ਨਾਂ ਲਿਆ ਸੀ ਨਾ ਕੁਛ ਸੀਗਾ ਅਤੇ ਉੱਥੋਂ ਹੀ ਉੱਠ ਕੇ ਆ ਗਏ ਕਹਿੰਦੇ ਨਹੀਂ ਇਹ ਤਾਂ ਉਹੀ ਸੀਗੇ ਅਤੇ ਇਸ ਤਰ੍ਹਾਂ ਦੀ ਕਹਾਣੀ ਉਹਨਾਂ ਦੀ ਫਿਰ ਪਰ ਜਾ ਕੇ ਵੀ ਚਿੱਠੀ ਉਹਨਾਂ ਨੇ 1-2 ਚਿੱਠੀਆਂ ਪਾਈਆਂ ਕਿ ਮਦਰ ਨੂੰ ਲਿਖਦੇ ਹੁੰਦੇ ਸੀ ਕਿ ਤੁਸੀਂ ਤੁਹਾਡੀ ਅਸੀਂ ਜੰਗ ਜਿੱਤਾਂਗੇ ਤੁਸੀਂ ਪਾਠ ਦੇ ਜ਼ੋਰ ਨਾਲ ਅਤੇ ਅਸੀਂ ਖੰਡੇ ਦੀ ਜ਼ੋਰ ਨਾਲ ਉਹ ਚਿੱਠੀਆਂ ਪਈਆਂ ਸੀ ਹੁਣ ਬੱਚਿਆਂ ਨੂੰ ਭਰਾਵਾਂ ਨੇ ਪਤਾ ਨਹੀਂ ਕਿੱਧਰ ਕੁੱਧਰ ਕਰ ਦਿੱਤੀਆਂ ਅਤੇ ਉਹ ਇਸ ਤਰ੍ਹਾਂ ਚਿੱਠੀਆਂ ਲਿਖਦੇ ਹੁੰਦੇ ਸੀ ਉਹ ਜੰਗ 'ਤੇ ਬੈਠੇ ਬੈਠੇ ਵੀ 1-2 ਚਿੱਠੀਆਂ ਉਹਨਾਂ ਦੀਆਂ ਆਈਆਂ ਸੀਗੀਆਂ ਉਸ ਤੋਂ ਬਾਅਦ ਫਿਰ ਬਸ ਫਿਰ ਸਾਨੂੰ ਡੈੱਡ ਬੋਡੀ ਵੀ ਨਹੀਂ ਮਿਲੀ ਉਹਨਾਂ ਦੀ ਅੱਛਾ ਉਹ ਵੀ ਨਹੀਂ ਆਈ ਸੀ ਡੈੱਡ ਬੋਡੀ ਵੀ ਨਹੀਂ ਆਈ ਸੀ ਹਾਂ ਛੋਟੇ ਸੀ ਬਾਕੀ ਦੋਸਤੋ ਯੁੱਧ ਕਿੰਨਾ ਡਰਾਵਨਾ ਹੁੰਦਾ ਹੈ ਅਤੇ ਯੁੱਧ ਦੇ ਨਾਲ ਕੀ ਨੁਕਸਾਨ ਹੁੰਦਾ ਹੈ ਅਸੀਂ ਸਿਰਫ ਨੁਕਸਾਨ ਦਾ ਬਹੁਤ ਸਾਰੇ ਲੋਕ ਅੰਦਾਜ਼ਾ ਲਗਾਉਂਦੇ ਆ ਕਿ ਅੱਛਾ ਇੰਨੇ ਇਮਾਰਤਾਂ ਦਾ ਨੁਕਸਾਨ ਹੋ ਗਿਆ ਇਹ ਵਾਹਨਾਂ ਦਾ ਨੁਕਸਾਨ ਹੋ ਗਿਆ ਪਰ ਅਸਲੀ ਨੁਕਸਾਨ ਤਾਂ ਉਹ ਹੁੰਦਾ ਹੈ ਕਿ ਜਦੋਂ ਸਾਡੇ ਘਰ ਦਾ ਜੀ ਚਲਾ ਜਾਵੇ ਅਤੇ ਦੁਬਾਰਾ ਕਦੀ ਪਰਤ ਕੇ ਵਾਪਸ ਹੀ ਨਾ ਆਵੇ ਹੁਣ ਵੀ ਅਸੀਂ ਜਾਂਦੇ ਹਾਂ ਅਰਦਾਸ ਕਰਦੇ ਹਾਂ ਕਿ ਯੂਕਰੇਨ ਅਤੇ ਰਸ਼ੀਆ ਦੀ ਜੋ ਜੰਗ ਹੈ ਉਹ ਜਲਦ ਹੀ ਸ਼ਾਂਤੀ ਵਿੱਚ ਤਬਦੀਲ ਹੋ ਜਾਵੇ ਅਤੇ ਇਹਨਾਂ ਯੁੱਧਾਂ ਤੋਂ ਹਮੇਸ਼ਾ ਸਾਰੀ ਦੁਨੀਆ ਬਚ ਕੇ ਰਹੇ ਕਿਉਂਕਿ ਇਸ ਦੇ ਵਾਕਈ ਹੀ ਜੋ ਨਤੀਜੇ ਆ ਜੋ ਸਿੱਟੇ ਆ ਬਹੁਤ ਡਰਾਵਨੇ ਹੁੰਦੇ ਨੇ ਮੈਡਮ ਪੁੱਛਣਾ ਚਾਹਾਂਗੇ ਕਿ ਭਵਿੱਖ ਦੇ ਵਿੱਚ ਹੁਣ ਤੁਸੀਂ ਕਿੰਨਾ ਕਿਤਾਬਾਂ 'ਤੇ ਕੰਮ ਕਰ ਰਹੇ ਹੋ ਹੁਣ ਮੈਂ ਇੱਕ ਤਾਂ ਮੇਰੀ ਬੱਚਿਆਂ ਦੀ ਹੋਰ ਕਿਤਾਬ ਮੈਂ ਕੱਲ੍ਹ ਹੀ ਕਿਸੇ ਨੂੰ ਖਰੜਾ ਦੇ ਕੇ ਆਈ ਹਾਂ ਜੀ ਹਾਂਜੀ ਅਤੇ ਅਜੇ ਉਹਦਾ ਨਾਂ ਨੂੰ ਕੁਛ ਨਹੀਂ ਰੱਖਿਆ ਜੀ ਅਤੇ ਮੇਰੇ ਤੋਂ ਭਾਸ਼ਾ ਵਿਭਾਗ ਨੇ ਮੰਗਿਆ ਸੀ ਕਹਿੰਦੇ ਖਰੜਾ ਸਾਨੂੰ ਭੇਜੋ ਜੀ
ਅਤੇ ਉਹ ਫਿਰ ਮੈਂ ਤਿਆਰ ਕਰਕੇ ਕਿਸੇ ਨੂੰ ਦਿੱਤਾ ਛੱਪਣ ਵਾਸਤੇ। ਦੇਖੋ ਕਦੋਂ ਆਉਂਦੀ ਔਰ ਕੀ ਨਾਂ ਉਹਦਾ, ਇਹ ਮੈਨੂੰ ਵੀ ਨਹੀਂ ਅਜੇ ਪਤਾ। ਹਾਂਜੀ, ਅਤੇ ਉਹ ਤੋਂ ਬਾਅਦ ਫਿਰ ਇੱਕ ਗਜ਼ਲਾਂ ਦੀ ਕਿਤਾਬ ਵੀ ਮੇਰੀ ਵੈਸੇ ਤਿਆਰ ਹੀ ਹੈ, ਖਰੜੇ ਸਾਰਾ ਬਣਿਆ ਪਿਆ, ਉਹ ਇਕੱਲੀ ਗਜ਼ਲਾਂ ਦੀ ਹੋਏਗੀ। ਇਸ ਤਰ੍ਹਾਂ ਹੀ ਸੋਚਦੀ ਹਾਂ, ਕਦੀ ਮੈਂ ਇਹ ਲਿਖਾਂ, ਕਦੀ ਉਹ ਲਿਖਾਂ। ਸਾਡੀਆਂ ਸ਼ੁਭ ਕਾਮਨਾਵਾਂ ਨੇ ਕਿ ਤੁਸੀਂ ਇਸੇ ਤਰ੍ਹਾਂ ਹੀ ਲਿਖਦੇ ਰਹੋ ਅਤੇ ਆਪਣੇ ਸਾਹਿਤ ਦੇ ਨਾਲ ਨੌਜਵਾਨਾਂ ਨੂੰ, ਆਪਣੇ ਪਾਠਕਾਂ ਨੂੰ ਸੇਧ ਦਿੰਦੇ ਰਹੋ। ਮੈਡਮ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਆਪਣੇ ਲੋਕਾਂ ਦੇ ਰੂਬਰੂ ਕਰਾ ਰਹੇ ਹੋ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਦੋਸਤੋ, ਇਹ ਸਨ ਮਲਕੀਅਤ ਬਸਰਾ ਜੀ, ਜਿਨ੍ਹਾਂ ਦੀਆਂ ਕਿਤਾਬਾਂ ਵਿੱਚ ਮੈਂ ਪਹਿਲਾਂ ਹੀ ਕਿਹਾ ਹੈ ਕਿ ਭਾਵੁਕਤਾ ਦੀ ਗੱਲ ਹੈ, ਜਜ਼ਬਾਤਾਂ ਦੀ ਗੱਲ ਹੈ। ਅਤੇ ਹੁਣ ਇੰਟਰਵਿਊ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਜਜ਼ਬਾਤਾਂ ਦੀ ਗੱਲ ਕਿਉਂ ਹੈ, ਕਿਉਂਕਿ ਜਦੋਂ ਇੱਕ 12-13 ਵਰ੍ਹਿਆਂ ਦੀ ਕੁੜੀ ਨੇ ਆਪਣੇ ਪਿਓ ਨੂੰ ਖੋਲ੍ਹਿਆ ਹੋਵੇ ਅਤੇ ਘਰ ਦੇ ਵਿੱਚ ਉਹ ਵੱਡੀ ਹੋਵੇ, ਜ਼ਿੰਮੇਵਾਰੀ ਵੀ ਉਸ 'ਤੇ ਆ ਗਈ ਹੋਵੇ, ਅਤੇ ਬਹੁਤ ਸਾਰੀਆਂ ਵਾਕਈ ਹੀ ਸਧਰਾਂ ਜਿਹੜੀਆਂ ਹੈ ਉਹ ਖਾਮੋਸ਼ ਰਹਿ ਜਾਂਦੀਆਂ ਨੇ, ਜ਼ਿੰਮੇਵਾਰੀ ਆ ਜਾਂਦੀ ਹੈ, ਅਤੇ ਰਿਸ਼ਤਿਆਂ ਨੂੰ ਸੰਭਾਲ ਕੇ ਰੱਖ ਕੇ ਅੱਜ ਜਿਸ ਮੁਕਾਮ 'ਤੇ ਮੈਡਮ ਪਹੁੰਚੇ ਨੇ ਉਹ ਵਾਕਈ ਹੀ ਬਹੁਤ ਸਾਰੇ ਲੋਕਾਂ ਦੇ ਲਈ ਪ੍ਰੇਰਨਾ ਸਰੋਤ ਨੇ। ਅਤੇ ਸਾਹਿਤ ਦੇ ਨਾਲ ਜ਼ਰੂਰ ਜੁੜੋ, ਕਿਉਂਕਿ ਸਾਹਿਤ ਕਿਤੇ ਨਾ ਕਿਤੇ ਸਾਨੂੰ ਸੇਧ ਦਿੰਦਾ ਹੈ। ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਫਿਰ ਮਿਲਾਂਗੇ। ਧੰਨਵਾਦ। ਕੀ ਤੁਹਾਡਾ ਵੀ ਬਾਹਰ ਜਾਣ ਦਾ ਸੁਪਨਾ ਹੈ? ਕੀ ਤੁਸੀਂ ਵੀ 8+ ਬੈਂਡ ਲੈਣਾ ਚਾਹੁੰਦੇ ਹੋ? ਤਾਂ ਫਿਰ ਹੁਣੇ ਜੁਆਇਨ ਕਰੋ ਰਸਨੀਕ ਆਈਲੈਟਸ ਕੋਚਿੰਗ ਸੈਂਟਰ ਨੂੰ, ਜਿੱਥੇ ਘੱਟ ਫੀਸ 'ਤੇ ਵੱਧ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਨੇ। IDP ਵੱਲੋਂ ਸਰਟੀਫਾਈਡ ਇਸ ਸੈਂਟਰ 'ਚ ਤੁਹਾਡੀ ਸੁਵਿਧਾ ਮੁਤਾਬਕ ਆਨਲਾਈਨ ਅਤੇ ਆਫਲਾਈਨ ਕਲਾਸਿਸ ਦਾ ਵੀ ਵਿਸ਼ੇਸ਼ ਪ੍ਰਬੰਧ ਹੈ। ਤਾਂ ਸੰਪਰਕ ਕਰੋ ਰਸਨੀਕ ਆਈਲੈਟਸ ਕੋਚਿੰਗ ਸੈਂਟਰ 7986024708। There are various coaching centers that provide classes for IELTS, but I assure you a difference. Listening module is like a cakewalk, and definitely you do not require coaching for it. It's just a matter of practice. But on the other hand, reading, speaking and writing require a lot of practice along with proper guidance. So I am here to guide you in the best way I can. I am providing both online and offline lectures for writing part, proper formatting, reading tips and tricks, and speaking individual classes as well.